ਨਜ਼ਰ ਸ਼੍ਰੀ ਅਮਰਜੀਤ ਖੱਟਰ ਜੀ ਅੱਜ ਦਾ ਪਲ ਇੱਕ ਅਹਿਮ ਪਲ ਹੈ ਜਿਸ ਦੇ ਵਿੱਚ ਖੁਸ਼ੀ ਵੀ ਹੈ ਅਤੇ ਉਦਾਸੀ ਵੀ ਆਪਣੀਆਂ ਸਵਾਲਾਂ ਦਿਨ ਰਾਤ ਬੜੀ ਹਿੰਮਤ ਦੇ ਨਾਲ 28 ਸਾਲ 7 ਮਹੀਨੇ ਦਾ ਇੱਕ ਲੰਬਾ ਪੈਂਡਾ ਤੈਅ ਕਰਦੇ ਹੋਏ ਅੱਜ ਤਰੱਕੀ ਉਪਰੰਤ ਬਤੌਰ ਉਪ ਜ਼ਿਲ੍ਹਾ ਸਿੱਖਿਆ ਅਫਸਰ ਸ਼ਹੀਦ ਭਗਤ ਸਿੰਘ ਨਗਰ ਆਪਣੀ ਡਿਊਟੀ ਜੁਆਇਨ ਕਰਨ ਜਾ ਰਹੇ ਨੇ। ਗੁਰਬਾਣੀ ਦਾ ਸ਼ਬਦ ਹੈ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਾਨੂੰ ਸ਼ਖਸੀਤਾ ਆਪਣਾ ਸਮਾਂ ਕੱਢ ਕੇ ਪਹੁੰਚੇ ਜਿਹਨਾਂ ਵਿੱਚ ਬਹੁਤ ਹੀ ਸਤਿਕਾਰਯੋਗ ਲਾਈਨ ਕਲੱਬ ਤੋਂ ਵੱਖ ਵੱਖ ਅਹੁਦੇਦਾਰ ਸਾਹਿਬ ਕਵਿਤਾ ਦੇ ਵਿੱਚ ਉਹਨਾਂ ਨੇ ਸਾਰੀ ਸ਼ਖਸੀਅਤ ਬਾਰੇ ਉਹਦੇ ਬਾਰੇ ਡਿਟੇਲ ਵਿੱਚ ਦੱਸਤਾ ਸਮਝ ਵਾਲੀ ਗੱਲ ਹੈ। ਅਮਰਜੀਤ ਖੱਟਰ ਜੀ ਇੱਕ ਉਹ ਸ਼ਖਸੀਅਤ ਹੈ ਜਿਹੜੀ ਦਿਲ ਵੀ ਦੱਸ ਰਿਹਾ ਹੈ, ਕਿਉਂਕਿ ਜਦੋਂ ਵੀ ਫੋਨ ਕਰਨਾ ਛੁੱਟੀਆਂ ਦੇ ਵਿੱਚ ਹੀ ਪਤਾ ਜਦੋਂ ਸਕੂਲ ਹੈ ਇੱਕ ਇਨਸਾਨ ਸਕੂਲ ਨੂੰ ਆਪਣੇ ਘਰ ਤੋਂ ਵੀ ਵੱਧ ਸਮਝਦਾ ਹੋਵੇ। ਅੱਜ ਇਸ ਸਕੂਲ ਦੇ ਵਿੱਚ ਆਪਾਂ ਜੋ ਦੇਖ ਰਹੇ ਹਾਂ ਇਹਨਾਂ ਦੀ ਦੌਰ ਹੈ। ਮੈਂ ਨਾ ਕੁਛ ਸਿੱਖਿਆ ਕਿ ਅਗਰ ਇੱਕ ਕਮਰਾ ਦੀ ਗ੍ਰਾਂਟ ਆਈ ਹੋਵੇ ਤਾਂ ਉਹਦੀ ਜ਼ਰੂਰਤ ਕਿੱਦਾਂ ਬਣਾਉਣ। ਇਸ ਤਰੀਕੇ ਨਾਲ ਮੈਂ ਵੀ ਗੁਰੂ ਗੁਰੂ 4 ਸਾਲ ਆਪਰੇਸ਼ਨ ਕੀਤਾ। ਮੈਂ ਇਹਨਾਂ ਦੀ ਹਦਾਇਤਾਂ ਦੇ ਮੁਤਾਬਕ ਪੁੱਛ ਕੇ ਇਹ ਕਿੱਦਾਂ ਬਣਿਆ। ਮੈਂ ਗੁਰੂ ਗੁਰੂ ਦੇ ਸਕੂਲ ਦੀ ਸਾਰੀ ਜਿਹੜੀ ਬਿਲਡਿੰਗ ਆ ਉਹ ਡਬਲ ਟੋਰੀ ਬਣਾ ਗਿਆ। 4 ਕਮਰੇ ਦੀ ਆਈ ਸਾਨੂੰ ਗ੍ਰਾਂਟ ਲਾਈਨ ਕਲੱਬ ਕਾਨਪੁਰ ਦੀ ਪੂਰੀ ਟੀਮ ਪ੍ਰਧਾਨ ਜੀ ਔਰ ਮੇਰੇ ਸਕੂਲ ਦਾ ਸਟਾਫ, ਸਰਕਾਰੀ ਹਾਈ ਸਕੂਲ ਜਗਪੁਰ ਦਾ ਸਟਾਫ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਜੈਲਾ ਦਾ ਸਟਾਫ, ਮੇਰੀ ਵਾਈਫ ਔਰ ਮੇਰੇ ਸਾਰੇ ਬੱਚੇ, ਅੱਜ ਸਵੇਰੇ ਵੀ ਸਟਾਫ ਦੇ ਵਿੱਚ ਹੋਰ ਤਰ੍ਹਾਂ ਦਾ ਮਾਹੌਲ ਸੀ ਕਿਉਂਕਿ ਮੈਂ ਨਹੀਂ ਚਾਹੁੰਦਾ ਸੀ ਕਿ ਨਾ ਜੁਆਇਨ ਕਰ ਸਵੇਰ ਤੱਕ ਇਹ ਸਿਚੁਏਸ਼ਨ ਸੀ ਮੁਨਾਫੀ ਵਿੱਚ ਲੱਗੀ। ਪ੍ਰਵੀਨ ਮੈਡਮ ਅਸੀਂ ਸਾਰੇ ਨੇ ਪ੍ਰਵੀਨ ਦੇਖੋ
ਸਾਡੇ ਬੜੇ ਸਤਿਕਾਰ ਲੋਕ ਹੈ। ਔਰ ਸਵੇਰੇ ਤੋਂ ਕਦੇ ਮੈਂ ਹਿਲ ਸਾਈਡ ਸੀ, ਮੇਰੀ ਅੱਜ ਨਾਈਟ ਤਰ੍ਹਾਂ ਛੁੱਟੀ ਦਿੱਤੀ ਹੋਈ ਸੀ। ਉਸ ਤੋਂ ਬਾਅਦ ਬਹੁਤ ਸਾਰੇ ਫੋਨ ਆਏ, ਸਾਫ ਕਰਦਾ ਸਿੱਖਿਆ ਆਸਰ ਸਾਹਿਬਾਨ ਦੇ ਫੋਨ ਆਏ ਕਿ ਨਹੀਂ ਯਾਰ ਚੁੱਕਾ ਦੇ, ਤੇਰੇ 6-7 ਮਹੀਨੇ ਲੈਂਦੇ ਆ, ਕਿਉਂਕਿ ਇਹ ਜਿਹੜਾ ਸਕੂਲ ਨਾ ਇਹ ਹੱਥੀਂ ਸਾਰਾ ਬਣਾਇਆ, ਇਸ ਸਕੂਲ ਦੀਆਂ ਮੈਂ ਕਲਮਾਂ ਪਾਈਆਂ, 30 ਸਾਲ ਇਸ ਸਕੂਲ ਦੇ ਵਿੱਚ ਮੈਨੂੰ ਚੱਲਦਾ। ਇੱਕ ਇੱਕ ਚੀਜ਼ ਨੂੰ ਮੈਂ ਹੱਥੀਂ ਬਣਾਇਆ, ਇੱਕ ਇੱਕ ਕਮਰੇ ਦੇ ਦੋ ਦੋ ਬਣਾਏ, ਬੱਚਿਆਂ ਦਾ ਹਰ ਤਰ੍ਹਾਂ ਖਿਆਲ ਰੱਖਿਆ। ਔਰ ਮੈਂ ਹਮੇਸ਼ਾ ਤੁਹਾਡੇ ਸਾਹਮਣੇ ਵੀ ਕਹਿੰਦਾ ਹੁੰਦਾ ਕਿ ਮੇਰੇ 700 ਇੰਨੇ ਬੱਚੇ ਆ, ਦੋ ਮੇਰੇ 715 ਆਏ, ਦੋ 717 ਹੋ ਗਏ, ਕਿਉਂਕਿ ਮੈਂ ਹਰ ਇੱਕ ਬੱਚੇ ਨੂੰ ਪਿਆਰ ਕਰਦਾ। ਔਰ ਮੈਂ ਆਪਣੀ ਕਮਾਈ ਦਾ ਦੁਕਾਨ ਲਿਆ ਉਹ ਸਕੂਲ 'ਤੇ ਲਾਉਂਦਾ, ਕਿੰਨੇ ਪੈਸੇ ਲਾਏ ਆ ਸਾਡੀ ਟੀਮ ਬੈਠੀ। ਇਹ ਮਹਿਫਿਲ ਜਿਹੜੀ ਇਹਨਾਂ ਦੇ ਖੱਟਰ ਸਰ ਜੀ ਦੇ ਹੱਕ ਸਜੀ ਹੈ, ਅੱਜ ਕੁਛ ਯਾਦਾਂ ਲੈ ਕੇ ਬੈਠੀ ਹੈ, ਬਹੁਤ ਸਾਰੀਆਂ ਯਾਦਾਂ ਲੈ ਕੇ ਬੈਠੀ ਹੈ ਉਹ ਮਹਿਫਿਲ, ਕੁਛ ਉਦਾਸ ਕੁਛ ਖੁਸ਼। ਉਸ ਮਹਿਫਿਲ ਨੂੰ ਬਹੁਤ ਮੁਬਾਰਕਬਾਦ, ਖੁਸ਼ ਹੋਵੋ ਕਿ ਮੈਂ ਸਮਝਦੀ ਹਾਂ ਕਿ ਇਸ ਸਕੂਲ ਇਹ ਬਹੁਤ ਭਾਗਾਂ ਵਾਲਾ ਆ ਕਿ ਜਦੋਂ ਦਾ ਇਹ ਜ਼ਿਲ੍ਹਾ ਬਣਿਆ ਆ ਮੈਂ ਨਹੀਂ ਦੇਖਿਆ ਕਿ ਇੱਕ ਸਕੂਲ ਦੇ ਵਿੱਚੋਂ ਦੋ ਅਫਸਰ ਜ਼ਿਲ੍ਹੇ ਦੇ ਵਿੱਚ ਬੈਠੇ ਹੋ, ਇੱਕ ਸਕੂਲ 'ਚੋਂ ਦੋ ਅਫਸਰ ਜ਼ਿਲ੍ਹੇ ਦੇ ਵਿੱਚ ਬੈਠੇ ਜਾ ਰਹੇ, ਬਹੁਤ ਹੀ ਖੁਸ਼ੀ ਦਾ ਗੱਲ ਹੈ। ਇਹਨੂੰ ਇੰਜੋਏ ਕਰੋ, ਉਦਾਸ ਨਹੀਂ ਹੈ, ਖੜਕੜ ਸਾਹਿਬ ਤੁਹਾਡੇ ਨਾਲ ਹੀ ਆ, ਤੁਹਾਡੇ ਵਿੱਚ ਹੀ ਰਹਿਣਗੇ, ਪਲ ਤੋਂ ਪਲ ਉੱਥੇ, ਪਲ ਤੋਂ ਪਲ ਇੱਥੇ, ਹਰ ਯਾਦ ਦੇ ਵਿੱਚ ਤੁਹਾਡੇ ਨਾਲ ਖੜੇ ਰਹਿਣਗੇ। ਸੋ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਜਿਹੜੀ ਮਹਿਫਲ ਸਜੀ ਹੈ ਇਹ ਦੱਸ ਰਹੀ ਹੈ ਕਿ ਇਹਨਾਂ ਦਾ ਤੁਹਾਡੇ ਨਾਲ ਕਿੰਨਾ ਪਿਆਰ ਹੈ। ਔਰ ਬਾਣੀ 'ਚ ਲਿਖਿਆ ਹੈ ਕਿ ਜੋ ਵਿਅਕਤੀ ਕਿਸੇ ਵੀ ਅਹੁਦੇ ਦਾ ਜਾਂ ਕਿਸੇ ਵੀ ਚੀਜ਼ ਦੇ ਕਾਬਿਲ ਹੁੰਦਾ ਉਹਨੂੰ ਉਹਦੀ ਝੋਲੀ ਚਾਕੀ ਆਪਣੇ ਆਪ ਪੈ ਜਾਂਦੀ ਹੈ। ਖੱਟ ਸਰ ਉਹ ਸ਼ਖਸੀਅਤ ਹੈ ਜਿਹਨਾਂ ਦਾ ਨਾਮ ਜ਼ਿਲ੍ਹੇ ਦੇ ਵਿੱਚ ਗੂੰਜਦਾ। ਇਹ ਉਬਾਦੀ ਤਕਰੀਬ 5 ਸਾਲ ਪਹਿਲਾਂ ਮਿਲਣੀ ਚਾਹੀਦੀ ਸੀ। ਬਸ ਸਾਹਮਣੇ ਦੇਖਿਓ ਸਾਰੇ ਸਰ, ਸਾਹਮਣੇ ਕਿਸ਼ਨ ਜੀ ਇੱਕ ਮਿੰਟ ਸਾਹਮਣੇ ਦੇਖੋ ਸਾਰੇ ਜਣੇ ਰੇਲ ਹੈ ਜੀ। ਸ਼੍ਰੀ ਅਮਰਜੀਤ ਸਿੰਘ ਜੀ ਨੂੰ ਸਨਮਾਨ ਕਰਦੇ ਹੋਏ ਠੀਕ ਹੈ ਜੀ।
ਅਮਰ ਕਣਕ ਜੀ ਨੂੰ ਸਨਮਾਨ ਕਰਦੇ ਹੋਏ ਸਵਾਗਤ ਕਰਨ ਦੇ ਲਈ ਸਭ ਤੋਂ ਪਹਿਲਾਂ ਮੈਂ ਸਰਦਾਰ ਅਮਰੀਕ ਸਿੰਘ ਜੀ ਨੂੰ ਬੇਨਤੀ ਕਰਾਂਗਾ ਕਿ ਸਰਦਾਰ ਅਮਰੀਕ ਸਿੰਘ ਜੀ ਪ੍ਰਿੰਸੀਪਲ ਅਧਿਆਪਕ ਸਾਹਿਬਾਨ ਰਿਟਾਇਰਿੰਗ ਪ੍ਰਿੰਸੀਪਲ ਸਾਹਿਬ ਵੀ ਇਕੱਠੇ ਆ ਮੇਰੇ ਦੋਸਤ ਲੱਭੂ ਸਰਪੰਚ ਜੀ ਦੌਰੇ ਤੋਂ ਉਹ ਵੀ ਬੈਠੇ ਵਿਸ਼ੇਸ਼ ਤੌਰ 'ਤੇ ਔਰ ਮੇਰੇ ਸਾਰੇ ਸਾਥੀ ਅੱਜ ਇੱਕ ਮੌਕਾ ਮਿਲਿਆ ਤੁਹਾਡੀ ਸੇਵਾ ਕਰਨੇ ਦਾ ਪਿਛਲੇ 30 ਸਾਲ ਦੰਦਾ ਸਿੱਖਿਆ ਵਿਭਾਗ ਦੇ ਵਿੱਚ ਪਿਛਲੇ 30 ਸਾਲ ਤੋਂ ਲਗਾਤਾਰ ਕੰਮ ਕਰ ਰਹੇ ਹਾਂ ਕਦੀ ਸੋਚਿਆ ਨਹੀਂ ਸੀ ਕਈ ਵਾਰੀ ਕਿਹਾ ਵੀ ਜਦੋਂ ਰਜੇਸ਼ ਦੇਖੋ ਰਜੇਸ਼ ਔਰ ਮੈਂ ਸਾਡੇ 'ਚ ਕੋਈ ਫਰਕ ਨਹੀਂ ਹੈ ਮੇਰਾ ਵੱਡਾ ਭਰਾ ਆਇਆ ਇੱਕਦਮ ਸਾਹਿਬ ਕਿਸੇ ਨੇ ਕਿਹਾ ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਇੱਕ ਦਫ਼ਤਰ ਦੇ ਵਿੱਚ ਡਿਪਟੀ ਡੀਓ
ਕਿਉਂਕਿ